दोस्तों सारे नूं सत श्री अकाल नमस्कार आदा मैं रशपाल सिंह गिल कौमी प्रधान नैशनलिस्ट जस्टिस पार्टी NJP दोस्तों कल 19 तरीक नूं जिहड़ियां लोक सभा हैगियां उहदे वास्ते चोणां हो रहियां ने और एक वड्डा सवाल उठता है कि पंजाब दे विच तिहाड़ियां जिहड़ियां वोटां ने वोटां दा हकदार दोस्तों मैं तेरे नाल जिहड़ी गल करनी चाहुंदा कि 2017 दे विच पंजाब दे विच जिहड़ी कैप्टन नरमिंदर सिंह सरकार आई सी इन्हें लोकां दे नाल जिहड़े वादे कीते सीगे जिन्हां विचों मुख मुख घर घर च नौकरी दी गल सीगी जां स्मार्टफोन दी गल कीती सी नौजवानां दे नाल जिहड़ा साडी जिहड़ा बुनियाद आ साडे साडी सोसाइटी दी और कर्जा माफी की गल की सी बुढ़ापा पेनशन की गल की सी कि 2500 कर दी जाएगी जा शगन स्कीम की गल की सी कि 50,000 रुपया की जाएगी जहाँ नाल जी खंड घ्यो तो पत्ती की गल की सी जी सी जी फ्री रेटा के उत्ते दिखती जाऊगी जी जे कणक और आटा स्कीम के नाम और देनी तो की सी लेकिन वो बंद हो गई हैं तो दोस्तों इन्हां 2.5 सालों के कांग्रेस की जिहड़ी पंजाब की कैप्टन सरकार सी इन्हां सारिया मुद्दों के उत्ते 0% जिहड़ी है इन्होंने कारगुजारी हुई है और बिल्कुल ये जिहड़ी है फेल हुई है। सो दोस्तों इस तो अगे जिहड़ी उन्होंने गल की सी कि जिहड़े जिहड़े साडे नशे दे सौदागर सी जिन्होंने साडी पंजाबी दा जां पंजाब दी नौजवानी दा कान कीता जां साडे गुरु ग्रंथ साहिब दी बेअदबी हुई ਉਹਦੇ ਜਿਹੜੇ ਮੁੱਖ ਦੋਸ਼ੀ ਸੀ ਉਹਨਾਂ ਨੂੰ ਅੰਦਰ ਕਰਨ ਦੀ ਜਾਂ ਉਹਨਾਂ ਨੂੰ ਸਜ਼ਾ ਦੇਣ ਦੀ ਗੱਲ ਸੀਗੀ ਉਹਦੇ ਉੱਤੇ ਕੈਪਟਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਜਾਂ ਉਹਦੀ ਸਰਕਾਰ ਨੇ ਬਿਲਕੁਲ ਹੀ ਜਿਹੜੀ ਚੁੱਪੀ ਧਾਰ ਲਈ ਹੈ ਔਰ ਜਿਹੜੇ ਉਹਨਾਂ ਦੇ ਮੁੱਖ ਦੋਸ਼ੀ ਨੇ ਜਿਨ੍ਹਾਂ ਦੇ ਵਿੱਚੋਂ ਮੈਂ ਸਿੱਧਾ ਨਾਂ ਆਪਣੇ ਦਾ ਮਜੀਠੀਏ ਦਾ ਲੈ ਸਕਦਾ ਜਾਂ ਮੈਂ ਹੋਰ ਜਿਹੜੇ ਦੋਸ਼ੀ ਨੇ ਜਾਂ ਜਿਹੜਾ ਬਾਦਲ ਪਰਿਵਾਰ ਹੈਗਾ ਜਿਨ੍ਹਾਂ ਨੂੰ ਅੱਜ ਜੇਲ੍ਹਾਂ ਦੇ ਅੰਦਰ ਹੋਣਾ ਚਾਹੀਦਾ ਸੀਗਾ ਉਹਨਾਂ ਦੇ ਉੱਤੇ ਕੈਪਟਨ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਇਹਦਾ ਮਤਲਬ ਇਹ ਹੈ ਕਿ ਇਹਨਾਂ ਦੀ ਆਪਸੀ ਮਿਲੀ ਭੁਗਤ ਦੀ ਵਜ੍ਹਾ ਕਰਕੇ ਇਹ ਸਾਰਾ ਸਿਸਟਮ ਜਿਹੜਾ ਸਾਰੀ ਜਿਹੜੀ ਜੇ ਗੁੰਡਾਗਰਦੀ ਚੱਲੀ ਔਰ ਸਾਰਾ ਸਿਸਟਮ ਜਿਹੜਾ ਪੰਜਾਬ ਦੀ ਨੌਜਵਾਨੀ ਦਾ ਜਾਂ ਪੰਜਾਬ ਦਾ ਨੁਕਸਾਨ ਹੋਇਆ ਇਹਨਾਂ ਦੀ ਮਿਲੀ ਭੁਗਤ ਕਰਕੇ ਸੋ ਇਹ ਲੋਕ ਤਾਂ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਦੇ ਬਿਲਕੁਲ ਹੱਕਦਾਰ ਨਹੀਂ ਹੁਣ ਮੈਂ ਤੀਜੀ ਧਿਰ ਦੀ ਜੇ ਗੱਲ ਕਰ ਲੈਣਾ ਪੰਜਾਬ ਦੇ ਵਿੱਚ PDA ਦੀ ਮੈਂ ਗੱਲ ਕਰਾਂ PDA ਦੇ ਵਿੱਚ ਜਿਹੜੇ ਸਾਡੇ ਚਾਹੇ ਉਹ ਭੈਣ ਮਾਇਆਵਤੀ ਜੀ ਦੀ ਗੱਲ ਕਰ ਲਾਂ ਜਾਂ ਖਹਿਰਾ ਸਾਹਿਬ ਦੀ ਹੈ ਜਾਂ ਕੁਝ ਹੋਰ ਲੁਧਿਆਣੇ ਦੇ ਜਿਹੜੇ ਬੰਦੇ ਨੇ ਉਹਨਾਂ ਦੀ ਮੈਂ ਗੱਲ ਕਰ ਲਾਂ ਜਾਂ ਕੋਈ ਹੋਰ ਕੋਈ ਕਮਿਊਨਿਸਟ ਜਾਂ ਦੂਸਰੇ ਹੈਗੇ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਦੇ ਨਾਲ ਕਰ ਦਿੰਦਾ ਹੈਗਾ ਕਿ ਭੈਣ ਮਾਇਆਵਤੀ ਜਿਹੜੀ ਨੇ ਜਿਹੜੇ ਪੰਜਾਬ ਦੇ ਵਿੱਚ PDA ਦੇ ਚੇਅਰਮੈਨ ਵੀ ਨੇ ਔਰ ਮੁੱਠ ਘਟਕ ਦਾ ਵੀ ਉਹਨਾਂ ਤੋਂ ਬਿਨਾਂ PDA ਜਿਹੜਾ ਜ਼ੀਰੋ ਹੈ ਪਰ ਮੈਂ ਤੁਹਾਨੂੰ ਦਾਅਵੇ ਦੇ ਨਾਲ ਕਹਿ ਦਿੰਦਾ ਕਿ ਇਹ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ 2-4 ਦਿਨ ਦੇ ਵਿੱਚ ਵੀ ਜਾਂ ਕਾਂਗਰਸ ਜਾਂ BJP ਨਾਲ ਕੇਂਦਰ ਦੇ ਵਿੱਚ ਸਮਝੌਤਾ ਹੋਵੇਗਾ ਇਹਨਾਂ ਦਾ ਔਰ ਡੈਫੀਨੇਟ ਹੋਵੇਗਾ ਅਤੇ ਮੈਨੂੰ ਹੁਣ ਇਹ ਗੱਲ ਮੈਂ ਪੁੱਛਣੀ ਚਾਹੁੰਦਾ ਆਮ ਜਨਤਾ ਨੂੰ ਵੀ ਵੋਟਰਾਂ ਨੂੰ ਵੀ ਜਾਂ ਆਮ ਸਿਆਸੀ ਲੋਕਾਂ ਨੂੰ ਵੀ ਕਿ ਪੰਜਾਬ ਦੇ ਵਿੱਚ ਤੀਜੀ ਧਿਰ ਦੀ ਗੱਲ ਕਿੱਥੇ ਰਹਿ ਜਾਂਦੀ ਹੈ ਅਸੀਂ ਜਿਹੜੀ ਐਂਟੀ ਅਕਾਲੀ ਜਾਂ ਐਂਟੀ BJP ਦੀ ਵੀ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਉਹ ਕਿੱਥੇ ਰਹਿ ਜਾਂਦੀ ਹੈ ਅਗਰ ਕੇਂਦਰ ਦੇ ਵਿੱਚ ਸਮਝੌਤਾ ਹੀ ਪੰਜਾਬ ਦੇ PDA ਦੇ ਮੁੱਖ ਘਟਕ ਦਲ ਦਾ ਸਮਝੌਤਾ ਜੇ ਕਾਂਗਰਸ ਜਾਂ BJP ਨਾਲ ਹੁੰਦਾ ਤਾਂ ਪੰਜਾਬ ਦੇ ਵਿੱਚ ਤੀਜੇ ਧਿਰ ਦੀ ਗੱਲ ਤਾਂ ਕਿੱਥੇ ਰਹਿ ਜਾਂਦੀ ਹੈ ਸੋ ਇਹ ਸਾਰੀ ਭੁਲੇਖਾ ਪਾਊ ਗੱਲ ਹੈਗੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈਗੀ ਹੈ ਸੋ ਮੈਂ ਇਹ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਾਂਗਾ ਉਹ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦਾ ਦੇਖੋ ਸਾਡੀਆਂ ਨੈਸ਼ਨਲਿਸਟ ਜਸਟਿਸ ਪਾਰਟੀ NJP ਨੇ ਪੰਜਾਬ ਦੇ ਵਿੱਚ 8 ਸੀਟਾਂ ਦੇ ਉੱਤੇ ਪਾਰਟੀ ਵੱਲੋਂ ਕੈਂਡੀਡੇਟ ਜਿਹੜੇ ਉਤਾਰੇ ਨੇ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਅਕਾਲੀ ਔਰ ਜਿਹੜੀ ਹੈਗੀ ਹੈ ਕਾਂਗਰਸ ਹੈਗੀ ਹੈ ਇਹਨਾਂ ਸਰਕਾਰਾਂ ਤੋਂ ਅਸੀਂ ਬਿਲਕੁਲ ਨਜਾਤ ਦਵਾਵਾਂਗੇ ਅਸੀਂ ਪੰਜਾਬ ਦੇ ਵਿੱਚ ਪੰਜਾਬ ਨੂੰ ਇੱਕ ਬਿਹਤਰ ਭਵਿੱਖ ਲਈ ਇੱਕ ਤੀਜੀ ਧਿਰ ਬਣ ਕੇ ਜਿਹੜੀ ਹੈ ਉਹ ਪੰਜਾਬ ਨੂੰ ਜਿਹੜੀ ਯੋਗ ਜਿਹੜੀ ਅਗਵਾਈ ਦੇਵਾਂਗੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵੋਟਰਾਂ ਨੂੰ ਮੈਂ ਅਪੀਲ ਕਰਨਾ ਕਿ ਤੁਸੀਂ ਕੱਲ੍ਹ ਨੂੰ ਸਾਰਿਆਂ ਨੇ ਜਿਹੜੇ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਪਾਰਟੀ ਦੇ ਅਫੀਸ਼ੀਅਲ ਉਮੀਦਵਾਰ ਨੇ ਜਾਂ ਉਹਨਾਂ ਦੇ ਸਮਰਥਿਤ ਉਮੀਦਵਾਰ ਨੇ
ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਦੇ ਵਿੱਚ ਪਹੁੰਚਾਓ ਔਰ ਪੰਜਾਬ ਦੀਆਂ ਲੋਕਾਂ ਦੇ ਸਹੀ ਹੱਕ ਦਾ ਸਾਡੀ ਨੈਸ਼ਨਲਿਸਟ ਜਸਟਿਸ ਪਾਰਟੀ ਉਹ ਹੈ ਅਗਰ ਤੁਸੀਂ ਸਾਨੂੰ ਮੌਕਾ ਦਿੰਦੇ ਹੋ ਤੇ ਅਸੀਂ ਤੁਹਾਡੇ ਜਿਹੜੇ ਹੱਕ ਨੇ ਜਾਂ ਪੰਜਾਬ ਨੂੰ ਹੈ ਜਾਂ ਪੰਜਾਬ ਦੇ ਸੁਨਹਿਰੇ ਭਵਿੱਖ ਨੂੰ ਅੱਗੇ ਲੈ ਕੇ ਜਾਣ ਲਈ ਅਸੀਂ ਕੋਸ਼ਿਸ਼ ਹੀ ਨਹੀਂ ਕਰਾਂਗੇ। ਅਸੀਂ ਇੱਕ ਵਾਅਦਾ ਕਰਦੇ ਹਾਂ ਕਿ ਅਸੀਂ ਜਿਹੜੇ ਪੰਜਾਬ ਦੇ ਦੋਖੀ ਨੇ ਇਸ ਰਵਾਇਤੀ ਪਾਰਟੀਆਂ ਤੋਂ ਨਿਜਾਤ ਦਵਾਵਾਂਗੇ। ਪੰਜਾਬ ਦੇ ਨਸ਼ਾ ਦੇ ਸੌਦਾਗਰ ਨੇ ਜਾਂ ਪੰਜਾਬ ਦੇ ਹੋਰ ਜਿਹੜੇ ਦੋਖੀ ਨੇ ਜਾਂ ਪੰਜਾਬ ਨੂੰ ਨੁਕਸਾਨ ਪਹੁੰਚਾਉਣੀਆਂ ਤਾਕਤਾਂ ਨੇ ਉਹਨਾਂ ਨੂੰ ਜਿਹੜਾ ਸਬਕ ਜਿਹੜਾ ਹੈਗਾ ਉਹ ਸਿਖਾਵਾਂਗੇ। ਸੋ ਦੋਸਤੋ ਮੇਰੀ ਹੱਥ ਬੰਨ ਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਕੱਲ੍ਹ ਨੂੰ ਤੁਸੀਂ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਜਿਹੜੇ ਸਾਡੇ ਉਮੀਦਵਾਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਦੇ ਵਿੱਚ ਪਹੁੰਚਾਓ ਤਾਂ ਕਿ ਪੰਜਾਬ ਦੇ ਔਰ ਦੇਸ਼ ਦੇ ਹਿੱਤਾਂ ਦੀ ਰੱਖ ਕੀਤੀ ਜਾਵੇ। ਧੰਨਵਾਦ।